हेलो, दिस इज़ डॉक्टर अरुणप्रीत। ये वीडियो मैं बहुत देर बाद पोस्ट कर रही हूँ, ऑलमोस्ट 1.5 साल बाद। पर ये वाली वीडियो बहुत इंटरेस्टिंग है, बिकॉज आज मेरे नाल जस्सी गिल ने, जिन्हां नाल आपां गल करांगे, जस्सी जस्सी गिल ने जस्सी जो कि उन्हें छोटे ब्रदर ने, हाँ जी, ते आपां इन्हां नाल गल करांगे कुछ इंटरेस्टिंग गल्लां, लाइक फॉर्मल नहीं, जिवें भी इंडिया तो ये कैनेडा आए, हूँ अजकल ही इज़ इन कैनेडा, तो ਕਿਵੇਂ ਕੁਆਰੰਟਾਈਨ ਰਿਹਾ, ਕੀ ਲੋਕਡਾਊਨ ਦੇ ਵਿੱਚ ਕੀਤਾ, ਜਾਂ ਡੇਲੀ ਰੂਟੀਨ ਕੀ ਆ, ਹੈਲਥ ਟਿਪਸ ਜਾਂ ਫਿਰ ਹੈਲਦੀ ਲਾਈਫ ਸਟਾਈਲ ਵਰਕਆਊਟ ਟਿਪਸ ਜਾਂ ਫਿਰ ਡੇਲੀ ਰੂਟੀਨ ਦੀਆਂ ਕੀ ਗੱਲਾਂ, ਜਸਟ ਯੂ ਨੋ ਫਨ ਐਂਡ ਆਲ, ਬਸ ਆਰਾਮ ਨਾਲ, ਨੋ ਫਾਰਮਲ ਥਿੰਗਸ, ਘਰ ਦੀ ਗੱਲਬਾਤ ਟਾਈਪ, ਆਪਾਂ ਉਹ ਗੱਲਾਂ ਕਰਾਂਗੇ ਹੁਣ, ਕਰਦੇ ਹਾਂ ਸ਼ੁਰੂ। ਸੋ ਜਸੀ, ਵੈਲਕਮ ਟੂ ਮਾਈ ਚੈਨਲ, ਅਤੇ ਹਾਂਜੀ, ਅਤੇ ਤੁਸੀਂ ਇਹ ਦੱਸੋ ਵੀ ਤੁਹਾਨੂੰ ਆਲਮੋਸਟ 14 ਦਿਨ ਤੁਸੀਂ ਕੁਆਰੰਟਾਈਨ 'ਚ ਰਹੇ, ਕਦੋਂ ਆਏ ਅਤੇ ਕਿਵੇਂ ਤੁਹਾਡਾ ਸਾਰਾ ਆਉਣ ਦਾ ਥੋੜ੍ਹਾ ਜਿਹਾ, ਮਤਲਬ ਜਿਵੇਂ ਇਟ ਵਾਸ ਡਿਫੀਕਲਟ ਔਰ ਨਾਟ, ਕਿਵੇਂ ਰਿਹਾ ਅਤੇ ਹਾਊ ਯੂ ਆਰ ਲਾਈਕਿੰਗ ਇਟ ਔਰ ਨਾਟ, ਜਾਂ ਉਹਦੇ ਬਾਰੇ ਦੱਸੋ। ਮੈਂ ਦੱਸੂਗਾ, ਜਦੋਂ ਮੈਂ ਉੱਥੋਂ ਆਉਣ ਦਾ ਪਲਾਨ ਕੀਤਾ, ਮੇਰਾ ਕੋਈ ਪਹਿਲਾਂ ਦਾ ਪਲਾਨ ਹੈ ਨਹੀਂ ਸੀਗਾ, ਕਿਉਂਕਿ ਕੋਈ ਫਲਾਈਟਸ ਨਹੀਂ ਸੀਗੀਆਂ ਆਉਣ ਦੇ ਲਈ, ਅਤੇ ਬਟ ਇੱਕ ਦਿਨ ਤਾਂ ਇੱਦਾਂ ਹੀ ਬੈਠੇ ਬੈਠੇ ਮੇਰਾ ਫਰੈਂਡ ਆ ਵੈਨਕੂਵਰ ਤੋਂ, ਜਿਹਨੇ ਮੈਨੂੰ ਇੱਕ ਫਲਾਈਟ ਭੇਜੀ KLM ਦੀ, ਜਿਹੜੀ 24 ਦੀ ਸੀ, 26 ਦੀ ਸੀਗੀ, ਅਤੇ ਮੈਨੂੰ ਕਹਿੰਦੇ ਵੀ ਆਹ ਦੋ ਫਲਾਈਟਸ ਨੇ ਅਗਰ ਤੈਂ ਆਉਣਾ ਕੈਨੇਡਾ ਨੂੰ ਤਾਂ। ਬਟ ਮੇਰੇ ਬੈਠੇ ਬੈਠੇ ਪਤਾ ਨਹੀਂ ਕੀ ਆਇਆ ਦਿਮਾਗ ਦੇ ਵਿੱਚ, ਮੈਂ ਸੋਚਿਆ ਵੀ ਨਹੀਂ, ਮੈਂ ਆਪਣੀ ਟਿਕਟ ਬੁੱਕ ਕਰਤੀ, ਮੈਂ ਬਾਅਦ ਵਿੱਚ ਹੀ ਘਰ ਮੈਸੇਜ ਕੀਤਾ ਕਿ ਮੈਂ ਆ ਰਿਹਾ, ਅਤੇ ਬਿਨਾਂ ਸੋਚੇ, ਮੈਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਮੈਨੂੰ ਇੱਥੇ ਆ ਕੇ 14 ਦਿਨ ਲਈ ਕੁਆਰੰਟੀਨ 'ਤੇ ਰਹਿਣਾ ਪੈਣਾ, ਅਤੇ ਬਿਲਕੁਲ ਆਈਡੀਆ ਨਹੀਂ ਸੀਗਾ, ਅਤੇ ਬਟ ਟਿਕਟ ਕਰਵਾ ਦਿੱਤੀ ਸੀ ਸੋਚ ਕੇ ਵੀ ਆ ਜਾਣਾ, ਅਤੇ ਜਦ ਉੱਧਰੋਂ 24 ਤਰੀਕ ਮੇਰੀ ਨੇੜੇ ਆ ਰਹੀ ਸੀ, ਫਿਰ ਮੈਂ ਸੋਚਣ ਲੱਗ ਗਿਆ ਕਿ ਮੈਨੂੰ 14 ਦਿਨ ਉੱਥੇ ਇਕੱਲਾ ਰਹਿਣਾ ਪੈਣਾ, ਜਾ ਕੇ ਬੇਸਮੈਂਟ 'ਚ ਰਹਿਣਾ ਪਊਗਾ, ਅਤੇ ਬਹੁਤ ਔਖਾ ਹੋਊਗਾ। ਫਿਰ ਮੈਂ ਦੇਖੀ ਜਾਊਗੀ ਕਰ ਦਿੰਦੇ, ਫਿਰ ਮੈਂ ਉੱਥੋਂ ਟਿਕਟ ਬੁੱਕ ਕਰਕੇ ਉਰੇ ਆ ਗਿਆ, ਉਰੇ ਆ ਕੇ ਜਿਹੜੇ 14 ਦਿਨ ਕੱਢਿਆ ਮੈਨੂੰ, ਮਤਲਬ ਮੈਂ ਇੱਥੇ ਟੋਕਣਾ ਚਾਹੁੰਦੀ ਹਾਂ, ਕਿਉਂਕਿ ਜੱਸੀ ਨੂੰ ਤਾਂ ਜੋ ਟੈਨਸ਼ਨ ਸੀਗੀ ਸੀਗੀ 14 ਦਿਨ ਦੀ, ਜਿਹੜੀ ਉਸ ਤੋਂ ਜ਼ਿਆਦਾ ਸਾਨੂੰ ਟੈਨਸ਼ਨ ਸੀਗੀ ਵੀ ਇਹ ਕਿਵੇਂ ਰਹੂਗਾ ਇੱਥੇ, ਅਤੇ ਇਹਦੇ ਲਈ ਕੀ ਸਾਨੂੰ ਅਰੇਂਜਮੈਂਟਸ ਕਰਨੀਆਂ ਪੈਣੀਆਂ ਨੇ, ਤਾਂ ਕਿ ਵੀ ਇਹਦਾ ਜਿਹੜਾ 40 ਡੇਜ਼ ਆ ਉਹ ਸਹੀ ਨਿਕਲ, ਅਤੇ ਕਈ ਵਾਰ ਜਿਵੇਂ ਬਿਕੋਜ਼ ਸਾਰੀ ਫੈਮਿਲੀ ਇੱਥੇ ਆ, ਤਾਂ ਬੰਦਾ ਕਈ ਵਾਰ ਇਹ ਹੋ ਜਾਂਦਾ ਕਿਉਂਕਿ ਬੇਸਮੈਂਟ 'ਚ ਇਹ ਰਹਿ ਰਿਹਾ ਅਤੇ ਉੱਪਰ ਬਾਕੀ ਯੂ ਨੋ ਸਾਰੇ ਜਣੇ ਰਹਿ ਰਹੇ ਨੇ, ਤਾਂ ਇਹ ਡਿਫੀਕਲਟ ਆ ਵੀ ਤੁਸੀਂ ਇੱਕੋ ਘਰ 'ਚ ਰਹਿ ਕੇ ਡਿਫਰੈਂਟ ਡਿਫਰੈਂਟ ਜਗ੍ਹਾ 'ਤੇ ਰਹਿ ਰਹੇ ਹੋ, ਅਤੇ ਤੁਸੀਂ ਮਿਲ ਨਹੀਂ ਰਹੇ, ਅਤੇ ਸਾਨੂੰ ਉਹ ਟੈਨਸ਼ਨ ਸੀਗੀ ਵੀ ਇਹ ਕਿਤੇ 14 ਦਿਨ ਤੋਂ ਪਹਿਲਾਂ ਹੀ ਨਾ ਬਾਹਰ ਆ ਜਾਵੇ, ਅਤੇ ਉਹ ਵੀ ਉਹਦੇ ਬਾਰੇ ਵੀ ਜ਼ਰੂਰ ਜੱਸੀ ਦੱਸਿਓ ਕਿ ਮੈਨੂੰ ਯਾਦ ਜਦੋਂ ਮੈਂ ਆ ਗਿਆ ਸੀ, ਮੈਂ ਮੇਰੇ ਦਿਮਾਗ 'ਚ ਇੱਦਾਂ ਨਹੀਂ ਸੀਗਾ, ਕਿਵੇਂ ਮੈਨੂੰ ਐ ਸੀ ਕਿ ਚਲੋ ਠੀਕ ਹੈ ਕੋਈ ਗੱਲ ਨਹੀਂ, ਘਰਦਿਆਂ ਜਾ ਕਹਿ ਦਾਂਗੇ ਵੀ, ਮੈਂ ਤਾਂ ਬਹੁਤ ਮੈਂ ਆਪਣੇ ਵੱਲੋਂ ਪੂਰਾ ਧਿਆਨ ਰੱਖ ਕੇ ਆਇਆ ਸੀ, ਮੈਨੂੰ ਲੱਗਦਾ ਕਿ ਮੈਂ ਆਪਣੀ ਫਲਾਈਟ ਦੇ ਵਿੱਚ ਸਭ ਤੋਂ ਜ਼ਿਆਦਾ ਮੇਰਾ, ਮੈਂ ਗਲਵਸ ਪਾ ਕੇ, ਮੈਂ ਪੂਰੇ ਪ੍ਰੋਪਰ ਗਲਵਸ, ਸੂਟ ਨਹੀਂ ਮੈਂ ਪਾਇਆ ਸੀ, ਬਸ ਉਸ ਤੋਂ ਬਿਨਾਂ ਤਾਂ ਮੈਂ ਹਰ ਇੱਕ ਆਪਣੇ ਵੱਲੋਂ ਤਿਆਰੀ ਕੀਤੀ ਹੋਈ ਸੀ ਕਿ ਕੋਈ ਮੈਂ ਫਲਾਈਟ 'ਚ ਖਾਣਾ ਵੀ ਨਹੀਂ ਖਾਧਾ ਇਸ ਚੱਕਰ ਦੇ ਵਿੱਚ, ਮੈਨੂੰ ਅਸੀਂ ਖਾਣਾ ਖਾਊਂਗਾ ਤਾਂ ਕਿ ਟੱਚ ਨਾ ਹੋ ਜਾਵੇ ਕੋਈ ਚੀਜ਼, ਮਤਲਬ ਮੈਂ ਬਹੁਤ ਆਪਣਾ ਧਿਆਨ ਰੱਖ ਕੇ ਆਇਆ ਸੀਗਾ, ਅਤੇ ਉਰੇ ਆ ਕੇ ਫਿਰ ਮੈਨੂੰ ਰਹਿਣਾ ਪਿਆ ਬੇਸਮੈਂਟ ਦੇ ਵਿੱਚ 14 ਦਿਨ ਲਈ, ਜੋ ਕਿ ਬਹੁਤ ਡਿਫੀਕਲਟ ਸੀਗਾ, ਜੋ ਕਿ ਮੈਨੂੰ ਖਾਣਾ ਵੀ ਪੌੜੀਆਂ 'ਤੇ ਰੱਖ ਜਾਂਦੇ ਸੀਗੇ ਬੇਸਮੈਂਟ ਦੀ, ਮੈਂ ਚੱਕ ਲੈਂਦਾ ਸੀ ਉੱਥੇ, ਮੇਰੇ ਇੱਦਾਂ ਲੱਗਣ ਲੱਗ ਗਿਆ ਸੀ ਕਿ ਮੈਂ ਕਿਤੇ ਜੇਲ੍ਹ 'ਚ ਆਇਆ, ਮਤਲਬ ਬਟ ਜਿਵੇਂ ਕਹਿ ਲਓ ਸੇਫਟੀ ਲਈ ਬਹੁਤ ਜ਼ਰੂਰੀ ਸੀ ਉਹ ਟਾਈਮ, ਕਿਉਂਕਿ ਸਾਰੇ ਬੱਚੇ ਨੇ ਇੱਥੇ, ਦੀਦੀ 2 ਬੇਟੇ ਆ, ਅਤੇ ਬਾਕੀ ਦੂਸਰੇ ਸਿਸਟਰਸ ਦੇ ਵੀ ਬੇਟੇ ਆ, ਮੇਰੀ ਖੁਦ ਦੀ ਬੇਟੀ ਆ, ਸੋ ਮੈਨੂੰ ਬੱਚਿਆਂ ਕਰਕੇ ਥੋੜ੍ਹਾ ਜ਼ਿਆਦਾ ਸੀਗਾ ਕਿ ਕਈ ਵਾਰ ਤੁਹਾਨੂੰ ਪਤਾ ਨਹੀਂ ਲੱਗਦਾ ਗਾ ਜਦ ਤੁਸੀਂ ਟਰੈਵਲ ਕਰਦੇ ਹੋ, ਸੋ ਮੈਂ ਆਪਣੇ ਵੱਲੋਂ, ਮੈਨੂੰ ਦੱਸ ਸੀ ਕਿ ਇੱਕ 14 ਡੇਜ਼ ਪੂਰੇ ਹੋ ਜਾਣ ਫਿਰ ਮੈਨੂੰ ਕਲੀਅਰ ਹੋ ਜੂਗਾ, ਫਿਰ ਮੈਂ ਟੈਸਟ ਵੀ ਕਰਾ ਕੇ ਆਇਆ, ਸੋ ਮੈਨੂੰ ਐਸੀ ਇੱਕ ਵਾਰ ਕਲੀਅਰ ਹੋ ਜਾਵੇ ਫਿਰ ਮੈਂ ਉੱਪਰ ਜਾਵਾਂ, ਸੋ ਨਿਕਲ ਕੇ, ਬਟ ਮੈਨੂੰ ਜੇ ਮਤਲਬ ਚੱਲਣਾ ਸੀ ਤਾਂ ਮੇਰੇ ਦਿਮਾਗ 'ਚ ਚੀਜ਼ਾਂ ਬਹੁਤ ਚੱਲਣ ਲੱਗ ਗਈਆਂ ਸੀਗੀਆਂ, ਕਿਉਂਕਿ ਹੁਣ ਉੱਥੇ ਲੋਕਡਾਊਨ ਸੀ 2 ਮਹੀਨੇ, ਮੈਂ ਪ੍ਰੋਪਰ ਮੇਰੀ ਜਿਮਿੰਗ ਡਾਇਟ ਸਭ ਬਹੁਤ ਵਧੀਆ ਚੱਲ ਰਿਹਾ ਸੀਗਾ, ਅਤੇ ਫਿਰ ਮੇਰੇ ਦਿਮਾਗ 'ਚ ਇਹ ਵੀ ਚੱਲਣ ਲੱਗ ਗਿਆ ਮੈਂ, ਕਿਉਂਕਿ ਜਦੋਂ ਕੈਨੇਡਾ ਆਉਣਾ ਤਾਂ ਇੱਥੇ ਆ ਕੇ ਘਰਦੇ ਆਹ ਖਾ ਲਾ, ਅੱਛਾ ਕੀ ਕਰ ਰਿਹਾ, ਵਿਹਲਾ ਬੈਠਾ, ਹਾਂ ਚਾਹ ਪੀ ਲਾ, ਚਾਹ ਨਾਲ ਪਕੌੜੇ ਖਾ ਲਾ, ਇਹਦੇ ਨਾਲ ਮਤਲਬ ਕੁਛ ਕਰਨ ਨੂੰ ਨਹੀਂ ਗਾ, ਤਾਂ ਉਹਨਾਂ ਨੇ ਕਹਿਣਾ ਖਾ ਲਾ, ਆਹ ਖਾ ਲਾ ਖਾ ਲਾ, ਤਾਂ ਮੈਨੂੰ ਐਸੇ ਮੋਟਾ ਹੋ ਜਾਊਗਾ ਇੱਥੇ ਆ ਕੇ, ਤਾਂ ਮੈਨੂੰ ਵੀ ਟੈਨਸ਼ਨ ਸੀ, ਫਿਰ ਮੈਂ ਜਦ ਮੈਸੇਜ ਕੀਤਾ ਭਾਅ ਜੀ ਉਹਨਾਂ ਨੇ ਇੱਥੇ, ਮੈਂ ਕਿਹਾ ਜੀ ਮੇਰੇ, ਕਿਉਂਕਿ ਜਿਮ ਬੰਦ ਸੀਗੇ ਸਾਰੇ, ਜਿਮ ਖੋਲ੍ਹੇ ਨਹੀਂ ਸੀਗੇ, ਸੋ ਮੈਂ ਫਿਰ ਤਾਂ ਇਹਨਾਂ ਨੂੰ ਕਿਹਾ ਕਿ ਮੇਰੀ ਜਿਮ ਚੱਲ ਰਹੀ ਆ, ਬਹੁਤ 2 ਮਹੀਨੇ ਮੈਂ ਰੈਗੂਲਰ ਹੋ ਗਏ ਲਾਉਂਦੇ, ਕਿਉਂਕਿ ਉੱਥੇ ਵੀ ਕੁਛ ਕਰਨ ਹੋਣੀ ਸੀ 2 ਮਹੀਨਿਆਂ ਤੋਂ, ਸੋ ਫਿਰ ਇੱਥੇ ਅਸੀਂ ਵੇਟ ਦੇਖਣੇ ਸ਼ੁਰੂ ਕੀਤੇ, ਅਤੇ ਪਹਿਲਾਂ ਤਾਂ ਕਿਸੇ ਨਾ ਵਾਲਮਾਰਟ ਮਿਲੇ, ਕਿਤੇ ਸਾਨੂੰ ਵੇਟਸ ਨਹੀਂ ਮਿਲੇ ਹੈਗੇ, ਫਿਰ ਅਸੀਂ ਫੇਸਬੁੱਕ 'ਤੇ ਔਨਲਾਈਨ
ਸ਼ਾਪ ਕੀਤੇ ਸੀ, ਵੇਟ ਖਰੀਦੇ, ਬੈਂਚ ਖਰੀਦੇ ਆ। ਮੇਰੇ ਆਉਣ ਤੋਂ ਪਹਿਲਾਂ ਮੈਂ ਤਾਂ ਗਿਆ ਸੀ, ਫਿਰ ਮੈਂ ਆਪਣੇ ਵੱਲੋਂ ਫਿਰ ਬਲੈਕਮੇਲ ਕਰਨਾ ਸ਼ੁਰੂ ਕਰਤਾ ਇੱਥੇ। ਮੈਂ ਤਾਂ ਆਉਂਗਾ, ਮੈਂ ਕਿਹਾ ਮੈਂ ਤਾਂ ਆਉਂਗਾ ਅਗਰ ਇਹ ਹੋਊਗਾ, ਅਗਰ ਇਹ ਹੋਊਗਾ। ਸੋ ਜਿੱਥੇ ਮੈਂ ਬੇਸਮੈਂਟ ਮਤਲਬ ਲੈ ਕੇ ਜਾਵਾਂਗੇ ਉੱਥੇ ਵੀ, ਸੋ ਬੇਸਮੈਂਟ ਦੇ ਵਿੱਚ ਮੈਂ ਕੁਆਰੰਟੀਨ 'ਤੇ ਸੀਗਾ, ਅਤੇ ਉੱਥੇ ਮੈਂ ਆਪਣੇ ਵੱਲੋਂ ਪ੍ਰੋਪਰ ਮੇਰਾ ਇੱਕ ਗੱਦਾ ਲੱਗਿਆ ਹੋਇਆ ਸੀਗਾ, ਸਾਹਮਣੇ ਟੀ ਵੀ ਲੱਗਿਆ ਸੀ, ਅਤੇ ਨੈੱਟਫਲਿਕਸ ਸੀ, ਐਮਾਜ਼ੋਨ ਸੀ, ਐਮਾਜ਼ੋਨ ਪ੍ਰਾਈਮ ਸੀ, ਅਤੇ ਯੂਟਿਊਬ ਸੀ, ਅਤੇ ਉਸ ਤੋਂ ਬਾਅਦ ਨਾਲ ਦੇ ਰੂਮ 'ਚ ਮੇਰੀ ਜਿਮ ਲੱਗੀ ਹੋਈ ਸੀ। ਸੋ ਮਤਲਬ ਮੈਂ ਆਪਣੇ ਵੱਲੋਂ ਫਿਰ ਇੱਦਾਂ ਕਰਨ ਲੱਗ ਗਿਆ ਸੀ ਕਿ ਚੱਲ ਠੀਕ ਆ, ਹੋਰ ਨਹੀਂ ਕੁਛ ਤਾਂ ਜਿਮ ਕਰ ਲਿਆ ਕਰਾਂਗੇ। ਬਟ ਜਿਹੜੇ ਉਹ 14 ਦਿਨ ਕੱਢੇ ਮੈਂ ਇੱਦਾਂ ਹੀ ਕੱਢੇ, ਮੈਂ ਉੱਠਦਾ ਸੀਗਾ, ਫਿਲਮ ਦੇਖਦਾ ਸੀ, ਕੋਈ ਫਿਲਮ ਦੇਖ ਕੇ ਫਿਰ ਜਿਮ ਕਰਦਾ ਸੀਗਾ, ਜੇ ਵਿਹਲੇ ਬੈਠਿਆ ਫਿਰ ਮੈਂ ਲਾਸਟ ਡੇਜ਼ ਤਾਂ ਵਾਕ ਵੀ ਕਰ ਗਿਆ ਬਾਹਰ, ਕਿਉਂਕਿ ਫਿਰ ਅਸੀਂ ਫੋਨ ਕੀਤਾ ਸੀ, ਉਹਨਾਂ ਨੇ ਦੱਸਿਆ ਕਿ ਤੁਸੀਂ ਵਾਕ ਕਰਨ ਜਾ ਸਕਦੇ ਹੋ, ਬਟ ਤੁਹਾਨੂੰ ਇੱਕ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਪੈਣਾ ਲੋਕਾਂ ਤੋਂ, ਅਤੇ ਤੁਸੀਂ ਜ਼ਿਆਦਾ ਚੀਜ਼ਾਂ ਟੱਚ ਨਹੀਂ ਕਰਨੀ, ਤੁਸੀਂ ਆਪਣਾ ਜਾਓਗੇ ਵਾਪਸ ਆਓਗੇ ਵਾਕ ਕਰ ਸਕਦੇ। ਜੈਸੀ ਇਹ ਗੱਲਾਂ ਵਿੱਚ ਨਾ ਇੱਕ ਥੋੜ੍ਹਾ ਸੀਰੀਅਸ ਜਿਹਾ ਕੁਐਸਚਨ ਮੈਂ ਜ਼ਰੂਰ ਪੁੱਛੂੰਗੀ, ਵੀ ਜਿਵੇਂ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ 14 ਡੇਜ਼ ਕੁਆਰੰਟਾਈਨ 'ਚ ਰਹੇ ਜਾਂ ਤੁਸੀਂ ਇਕੱਲੇ ਰਹੇ, ਤਾਂ ਉਹ 'ਚ ਮੈਂਟਲ ਹੈਲਥ 'ਤੇ ਕੁਛ ਅਸਰ ਪੈਂਦਾ? ਬਹੁਤ ਜ਼ਿਆਦਾ। ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਮੈਂ ਕੋਈ ਵੀ ਗੱਲ ਹੁੰਦੀ ਸੀਗੀ, ਉੱਪਰ ਜਵਾਕ ਸਾਰੇ ਭੱਜੇ ਫਿਰਦੇ ਹੁੰਦੇ ਸੀ, ਮੈਨੂੰ ਥੱਲੇ ਮੈਨੂੰ ਇੱਦਾਂ ਹੋਣ ਲੱਗ ਗਿਆ ਕਿ ਮੈਂ ਉੱਪਰ ਜਵਾਕ, ਕਿਉਂਕਿ ਮੈਂ ਬੇਸਮੈਂਟ ਸੀ, ਉੱਪਰ 'ਚ ਭੱਜਦੇ ਸੀ ਉਹਨਾਂ ਦੇ ਪੈਰਾਂ ਦੀ ਆਵਾਜ਼ ਪੂਰੀ, ਉਹਨਾਂ ਦੀ ਆਵਾਜ਼, ਅਤੇ ਉਹ ਰੋਜਸ ਮੈਨੂੰ ਆਵਾਜ਼ ਮਾਰਦੀ ਸੀ ਪਾਪਾ ਕਹਿ ਕੇ। ਸੋ ਮਤਲਬ ਮੈਂ ਥੱਲੇ ਫੇਸ ਟਾਈਮ ਕਰਦਾ ਹੁੰਦਾ ਸੀ ਉਹਨਾਂ ਨੂੰ। ਸੋ ਮਤਲਬ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਚੱਲੀ ਜਾਂਦਾ ਸੀ ਯਾਰ ਵੀ ਇਹ ਤਾਂ ਬਹੁਤ ਔਖਾ ਕੰਮ ਆ, ਵੀ ਆਏ ਇਹ ਤਾਂ 14 ਦਿਨ ਤਾਂ ਨਿਕਲ ਲੈਣਗੇ, ਬਹੁਤ ਔਖਾ ਹੋ ਜਾਊਗਾ। ਸੋ ਉਹਦੇ ਲਈ ਉਹ ਮੈਂ ਜਿਹੜਾ ਮੇਰਾ ਮੇਨ ਸੀ ਕੰਸਰਨ, ਮੈਂ ਤਾਂ ਹੀ ਮੈਂ ਜਿਮ ਉੱਥੇ ਵੀ 2 ਮਹੀਨੇ ਜਿਹੜੇ ਸੀ ਲੋਕਡਾਊਨ ਦੇ ਕੱਢਿਆ, ਇਸੇ ਤਰੀਕੇ ਨਾਲ ਕੱਢਿਆ। ਮੈਨੂੰ ਇਹ ਸੀ ਕਿ ਥੋੜ੍ਹਾ ਮਾਇੰਡ ਥੋੜ੍ਹਾ ਬਿਜ਼ੀ ਰੱਖੀਏ, ਚਾਹੇ ਉਹ ਮਿਊਜ਼ਿਕ ਦੇ ਵਿੱਚ ਰੱਖੀਏ, ਕਿਉਂਕਿ ਮੇਰੇ ਕੋਲ ਪਹਿਲੇ 2 ਹਫ਼ਤੇ ਦਾ ਬੜ ਜਦੋਂ ਲੋਕਡਾਊਨ ਸ਼ੁਰੂ ਹੋਇਆ ਸਭ ਟੀਵੀ 'ਤੇ ਆਹ ਦੇਖਾਂਗੇ ਜੀ ਆਹ ਦੇਖਾਂਗੇ, ਬਟ ਉਹ 2-4 ਦਿਨਾਂ 'ਚ ਬੋਰ ਹੋਣਾ ਸ਼ੁਰੂ ਹੋ ਗਿਆ ਬੰਦਾ। ਸੋ ਮੈਂ ਵੀ ਉਵੇਂ ਉਹਨਾਂ 'ਚ ਕਿ ਮੈਂ ਵੀ ਉਹਨਾਂ ਵਿੱਚੋਂ ਸੀਗਾ, ਮੈਂ ਵੀ ਪਹਿਲੇ 2 ਦਿਨ ਬਹੁਤ ਇੰਜੋਏ ਕੀਤਾ ਟੀਵੀ, ਫਿਰ ਉਸ ਤੋਂ ਬਾਅਦ ਮੈਂ ਕਿਹਾ ਇਹ ਤਾਂ ਬੋਰਿੰਗ ਚੀਜ਼ ਆ, ਤਾਂ ਇੰਨਾ ਰੈਗੂਲਰ ਟੀਵੀ ਨਹੀਂ ਦੇਖ ਸਕਦੇ। ਸੋ ਇਸੇ ਕਰਕੇ ਮੈਨੂੰ ਐਂ ਸੀ ਵੀ ਜਿਮ ਨਹੀਂ ਮਿਸ ਹੋਣਾ ਚਾਹੀਦਾ। ਸੋ ਫਿਰ ਮੈਂ ਲਿਆ ਕੇ ਸੈਟਅਪ ਜਿਹੜਾ ਜਿਮ ਦਾ ਸੀ ਉਹ ਪਹਿਲਾਂ ਇੱਥੇ ਜੀਜੂ ਉਹਨਾਂ ਨੂੰ ਕਿਹਾ ਕਿ ਮੈਨੂੰ ਲਿਆ ਕੇ ਰੱਖਿਓ, ਸੋ ਉਹਨਾਂ ਨੇ ਲਿਆ ਕੇ ਰੱਖਿਆ, ਅਤੇ ਉਹਦੇ ਕਰਕੇ ਮੈਨੂੰ ਲੱਗਦਾ ਮੇਰੇ 14 ਦਿਨ ਥੋੜ੍ਹੇ ਈਜ਼ੀ ਨਿਕਲ ਗਏ। ਬਟ ਅਦਰਵਾਈਜ਼ ਇਹ ਬਹੁਤ ਔਖਾ ਸੀ ਕਿ ਸਾਰੀ ਫੈਮਿਲੀ ਉੱਪਰ ਸੀ, ਮੈਂ ਥੱਲੇ ਸੀ, ਅਤੇ ਇੱਕ ਰੀਜ ਸਭ ਤੋਂ ਛੋਟੀ ਪ੍ਰਿੰਸ ਦੀ ਮੇਰੀ ਸਭ ਤੋਂ ਛੋਟੀ ਸਿਸਟਰ ਦੀ ਬੇਟੀ ਆ, ਅਤੇ ਉਹ ਵਿਚਾਰੀ ਬੋਲਦੀ ਨਹੀਂ ਹੈਗੀ। ਸੋ ਪਤਾ ਸੀ ਉਹਨੇ ਰੌਲਾ ਨਹੀਂ ਪਾਉਣਾ, ਮਾਮੂ ਨਹੀਂ ਕਹਿਣਾ। ਸੋ ਉਹਦੇ ਨਾਲ ਮੇਰੀ ਹੱਥ ਸਾਈਡ 'ਤੇ ਵਿੰਡੋ ਆ ਸਾਡੀ, ਉਹਦੇ ਵਿੱਚ ਹਾਏ ਹੈਲੋ ਹੋ ਜਾਂਦੀ ਸੀ, ਬਟ ਅਦਰਵਾਈਜ਼ ਮੈਂ ਥੱਲੇ ਟੀ ਵੀ ਦੇਖਦਾ ਰਿਹਾ। ਪਰ ਮੈਂ ਸੌਂਇਆ ਬਹੁਤ ਉਹ ਦਿਨਾਂ ਦੇ ਵਿੱਚ, ਮੈਂ ਮੇਰਾ ਰੂਟੀਨ ਇਹ ਸੀ ਟੀ ਵੀ ਸੌਣਾ ਜਿਮ ਫਿਰ ਟੀ ਵੀ ਸੌਣਾ ਜਿਮ ਆਈ ਚੱਲ ਰਨਿੰਗ, ਫਿਰ ਉਸ ਤੋਂ ਬਾਅਦ ਰਨਿੰਗ ਤਾਂ ਫਿਰ ਮੇਰੀ ਖੇਲ 2 ਦਿਨਾਂ 'ਚ ਸ਼ੁਰੂ ਹੋਈ ਸੀ। ਮੈਂ ਤੇ ਉਹੀ ਨਾ ਮਤਲਬ ਇਹ ਕੁਐਸਚਨ ਤਾਂ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਜਿਵੇਂ ਹੁਣ ਲੋਕਡਾਊਨ ਉੱਥੇ ਵੀ ਆਪਣੇ ਇੰਡੀਆ 'ਚ ਜਾਂ ਕਿਸੇ ਨੂੰ ਆਈਸੋਲੇਟ ਕਰਦੇ ਨੇ ਜਾਂ 14 ਡੇਜ਼ ਲਈ ਕਹਿੰਦੇ, ਤਾਂ 2-3 ਐਵੇਂ ਦੀਆਂ ਨਿਊਜ਼ 'ਚ ਸੁਣ ਰਹੇ ਹਾਂ ਕੁਛ ਵੀ, ਜਿਵੇਂ ਕਿਸੇ ਨੇ ਸੂਸਾਈਡ ਕਰ ਲਿਆ, ਕਿਸੇ ਨੇ ਕੁਛ ਕਰ ਲਿਆ, ਵੀ 14 ਡੇਜ਼ ਆਈਸੋਲੇਸ਼ਨ 'ਚ ਨਹੀਂ ਰਹਿਣਾ ਚਾਹੁੰਦੇ, ਤੇ ਉਹ ਚੀਜ਼ਾਂ ਨਾਲ ਜਿਵੇਂ ਡਿਪਰੈਸ਼ਨ ਜਾਂ ਹੋਰ ਬਹੁਤ ਚੀਜ਼ਾਂ ਕੰਟਰੀਬਿਊਟ ਕਰਦੇ, ਕਿਉਂਕਿ ਮੇਰਾ ਹੈਲਥ ਚੈਨਲ ਹੈ ਨਾ, ਤਾਂ ਥੋੜ੍ਹਾ ਜਿਹਾ ਆਪਾਂ ਉਸ ਹਿਸਾਬ ਨਾਲ, ਤੇ ਤਾਂ ਕਰਕੇ ਵੀ ਮੈਂ ਇਹੀ ਵੀ ਇੱਕ ਤਾਂ ਤੁਸੀਂ ਵਰਕਆਊਟ ਦੱਸਿਆ ਵੀ ਹੈ ਨਾ, ਥੋੜ੍ਹਾ ਜਿਹਾ ਆਪਾਂ ਨੂੰ ਆਪਣੀ ਹੈਲਥ ਵੱਲ ਅਤੇ ਹੋਰ ਕੁਛ ਵੀ, ਕਿਉਂਕਿ ਇਹ ਤਾਂ ਹੁਣ ਮੈਂਡੇਟਰੀ ਹੋ ਗਿਆ ਵੀ ਹੁਣ ਇਹ ਟਰੈਵਲਿੰਗ ਜੇ ਆਪਾਂ ਕਰਦੇ ਆ ਇਹ ਤੋਂ ਆਪਾਂ ਬਚ ਨਹੀਂ ਸਕਦੇ 14 ਡੇਜ਼, ਤੇ ਉਹਦੇ ਲਈ ਬੰਦੇ ਨੂੰ ਇਹ ਵੀ ਇੱਕ ਚੀਜ਼ ਆਪਾਂ ਨੂੰ ਪ੍ਰਿਪੇਅਰ ਕਰਨਾ ਪੈਣਾ ਵੀ ਰਹਿਣਾ ਪੈਣਾ ਆਪਾਂ ਨੂੰ, ਤਾਂ ਉਹਦੇ ਲਈ ਵਰਕਆਊਟ ਆਪਣੇ ਤੇ ਟਾਈਮ ਦੇਣ ਤੋਂ ਬਿਨਾ ਹੋਰ ਤੁਸੀਂ ਕੀ ਸੁਜੈਸਟ ਕਰਦੇ ਹੋ, ਲਾਈਕ ਵੀ ਕਿਵੇਂ? ਮੈਂ ਇੱਕ ਬਹੁਤ ਵਧੀਆ ਗੱਲ ਪੜ੍ਹੀ ਸੀ ਜਿਹਦੇ ਲਿਖੀ ਵੀ, ਅਗਰ ਤੁਸੀਂ ਬਾਹਰ ਨਹੀਂ ਜਾ ਸਕਦੇ ਤੁਸੀਂ ਆਪਣੇ ਅੰਦਰ ਜਾ ਸਕਦੇ ਹੋ, ਲਾਈਕ ਵੀ ਮਤਲਬ ਹੁਣ ਤੁਸੀਂ ਅਗਰ ਲੋਕਡਾਊਨ ਦੇ ਦੌਰਾਨ ਤੁਹਾਨੂੰ ਸਭ ਨੇ ਤੁਸੀਂ ਸੀਗਾ ਤੁਸੀਂ ਬਾਹਰ ਨਹੀਂ ਜਾਣਾ, ਤੁਸੀਂ ਧਿਆਨ ਰੱਖਣਾ, ਸੋ ਤੁਹਾਡੇ ਕੋਲ ਇੱਕ ਆਪਣਾ ਐਵੇਂ ਦਾ ਟਾਈਮ ਆਇਆ ਸੀ ਫ੍ਰੀ ਵੀ। ਮੈਂ ਆਪਣੇ ਆਪ ਲਈ ਵੀ ਅਗਰ ਸੋਚਾਂ ਤਾਂ ਮੈਂ ਪਤਾ ਨਹੀਂ ਕਿੰਨਾ ਕੁ ਮਿਊਜ਼ਿਕ ਬਣਾਇਆ ਪਿਆ ਸੀਗਾ ਜਿਹੜਾ ਮੈਂ ਯੂਜ਼ ਹੀ ਨਹੀਂ ਕੀਤਾ ਸੀ ਅੱਜ ਤੱਕ, ਮੈਨੂੰ ਐਂ ਸੀ ਚਲੋ ਦੇਖਾਂਗੇ ਕਰਦਾ ਕਦੇ ਹੋ ਜਾਊਗਾ, ਬਟ ਆਹ ਟਾਈਮ ਜਦੋਂ ਬੈਠਿਆ ਫਿਰ ਮੈਂ ਮਾਇੰਡ ਰਿਲੈਕਸ ਹੋਇਆ, ਕਿਉਂਕਿ ਸ਼ੂਟਸ ਨਹੀਂ ਸੀਗੇ, ਹੋਰ ਕੰਮ ਨਹੀਂ ਸੀਗਾ। ਸੋ ਬਹਿ ਕੇ ਆਪਣੀ ਪਹਿਲਾਂ ਜਰਨੀ ਦੇਖੀ, ਮੈਂ ਇੱਕ ਦਿਨ ਰਾਤ ਮੈਂ ਫੋਟੋ ਵੀ ਸ਼ੇਅਰ ਕੀਤੀਆਂ ਸੀ ਇੰਸਟਾਗ੍ਰਾਮ 'ਤੇ, ਮੈਂ ਸਾਰੀ ਜਰਨੀ ਦੇਖੀ ਵੀ ਕਿੱਥੋਂ ਸ਼ੁਰੂ ਹੋਈ ਸੀ, ਕੀ ਕਰਦੇ ਵੇਲੇ ਪਹੁੰਚੇ ਹਾਂ, ਐਂਡ ਕਿੰਨੀ ਮਿਹਰ ਆ ਬਾਬਾ ਜੀ ਦੀ। ਸੋ ਮਤਲਬ ਇਹ ਚੀਜ਼ਾਂ ਦੇਖ ਕੇ ਆਪਣੇ ਆਪ ਨੂੰ ਇਹ ਚੀਜ਼ ਕੀਤੀ ਵੀ ਹਾਂ ਬਹੁਤ ਵਧੀਆ ਹੁਣ ਤੱਕ ਹੋਇਆ, ਅੱਗੇ ਵਧੀਆ ਹੋਊਗਾ। ਸੋ ਆਪ ਜਿੰਨਾ ਮਿਊਜ਼ਿਕ ਬਣਿਆ ਪਿਆ ਉਹਨੂੰ ਦੇਖਿਆ, ਫਿਰ ਮੈਂ ਆਪਣਾ ਯੂਟਿਊਬ ਚੈਨਲ ਖੋਲ੍ਹਿਆ, ਉਹਦੇ ਉੱਤੇ ਗਾਣੇ 2 ਰਿਲੀਜ਼ ਕੀਤੇ। ਸੋ ਮਤਲਬ ਕੁਛ ਨਾ ਕੁਛ ਤੁਸੀਂ ਕਰ ਸਕਦੇ ਹੋ, ਮਤਲਬ ਮੈਨੂੰ ਇਹਦਾ ਲੱਗਦਾ ਜਦੋਂ ਫ੍ਰੀ ਟਾਈਮ ਮਿਲਦਾ ਤੁਹਾਨੂੰ ਆਪਣੇ ਆਪ ਬਾਰੇ ਜਾਣਨ ਦਾ ਬਹੁਤ ਵਧੀਆ ਮੌਕਾ ਮਿਲਦਾ। ਬਟ ਹਾਂ ਇਹ ਜ਼ਰੂਰ ਆ ਕਿ ਅੱਜ ਦੇ ਟਾਈਮ ਡਿਪਰੈਸ਼ਨ ਇੱਕ ਬਹੁਤ ਗੰਦੀ ਚੀਜ਼ ਹੋ ਗਈ ਆ ਲੋਕਾਂ ਦੀ ਲਾਈਫ ਦੇ ਵਿੱਚ, ਉਹਦਾ ਰੀਜ਼ਨ ਵੀ ਲੋਕਡਾਊਨ ਦੇ ਵਿੱਚ
ਵੀ ਕੋਈ ਵੀ ਲਾਈਫ ਦਾ ਐਂਡ ਨਹੀਂ ਹੁੰਦਾ ਹੈਗਾ ਚਾਹੇ ਕੋਈ ਕਿੱਡੀ ਵੱਡੀ ਵੀ ਕੋਈ ਤੁਹਾਡੀ ਲਾਈਫ ਦੀ ਸਮੱਸਿਆ ਆ ਜਾਵੇ ਕੋਈ ਤੁਹਾਡੀ ਪ੍ਰੋਬਲਮ ਦੇ ਵਿੱਚ ਉਹਦਾ ਸਲਿਊਸ਼ਨ ਹੁੰਦਾ ਹਰ ਚੀਜ਼ ਦਾ ਜਿਵੇਂ ਆਪਾਂ ਕਹਿ ਲਓ ਹਰ ਬਿਮਾਰੀ ਦਾ ਸਲਿਊਸ਼ਨ ਹੁੰਦਾ ਚਾਹੇ ਕਰੋਨਾ ਦਾ ਹਜੇ ਨਹੀਂ ਆਇਆ ਬਟ ਥੋੜ੍ਹੇ ਟਾਈਮ 'ਚ ਆ ਜਾਊਗਾ ਬਟ ਹਰ ਚੀਜ਼ ਦਾ ਸਲਿਊਸ਼ਨ ਹੁੰਦਾ ਸੋ ਮੈਨੂੰ ਲੱਗਦਾ ਕਿ ਮੈਂਟਲੀ ਤੁਹਾਨੂੰ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਅਤੇ ਤੁਹਾਡੇ ਆਸ ਪਾਸ ਤੁਹਾਡੇ ਸਰਕਲ ਤੁਹਾਡੇ ਜਿਹੜੇ ਤੁਹਾਡੇ ਸਲਾਹਕਾਰ ਨੇ ਜਾਂ ਤੁਹਾਡੇ ਨਾਲ ਰਹਿੰਦੇ ਆ ਸਪੋਰਟ ਕਰਨ ਵਾਲੇ ਤੁਹਾਡੇ ਚਾਹੇ ਫੈਮਿਲੀ ਮੈਂਬਰਸ ਤੁਹਾਡੇ ਫਰੈਂਡਸ ਹੋ ਗਏ ਉਹਨਾਂ ਦੀ ਬਹੁਤ ਸਪੋਰਟ ਚਾਹੀਦੀ ਹੈ ਇਹਦੇ ਵਿੱਚ ਹਾਂਜੀ ਸੋ ਸਾਡਾ ਲੋਕਡਾਊਨ ਵੀ ਇਸੇ ਕਰਕੇ ਵਧੀਆ ਨਿਕਲ ਗਿਆ ਸੀ ਮੇਰੇ ਨਾਲ ਬੱਬਲ 9th 'ਤੇ ਹੁੰਦਾ ਸੀ ਮੈਂ 11th 'ਤੇ ਹੁੰਦਾ ਸੀਗਾ ਅਤੇ ਅਸੀਂ ਆਲਮੋਸਟ 6-7 ਜਾਣੇ ਸੀਗੇ ਸੋ ਸਾਨੂੰ ਕੋਈ ਇੰਨਾ ਮਤਲਬ ਇਹ ਨਹੀਂ ਲੱਗਿਆ ਕਿ ਸਾਨੂੰ ਸਿਰਫ ਇਹ ਸੀ ਵੀ ਅਸੀਂ ਘਰੇ ਬੰਦ ਆ ਬਾਹਰ ਨਹੀਂ ਜਾ ਸਕਦੇ ਬਟ ਅਦਰਵਾਈਜ਼ ਸਾਡੀ ਡੇਲੀ ਰੂਟੀਨ ਹੋਈ ਸੀਗੀ ਕਿ ਅਸੀਂ ਰਾਤ ਨੂੰ ਫਿਲਮਾਂ ਦੇਖਦੇ ਸੀਗੇ ਸਵੇਰੇ ਅਸੀਂ 12-1 ਵਜੇ ਉੱਠਣਾ ਹੁੰਦਾ ਸੀਗਾ 12-1 ਵਜੇ ਉੱਠ ਕੇ ਮੈਂ ਕਾਰਡੀਓ ਕਰਦਾ ਸੀ ਉਸ ਤੋਂ ਬਾਅਦ ਫਿਰ ਅਸੀਂ ਜਿਮ ਕਰ ਲੈਣੇ ਜਿਮ ਕਰਨ ਤੋਂ ਬਾਅਦ ਫਿਰ ਰਾਤ ਨੂੰ ਬਹਿ ਜਾਣਾ ਖਾ ਪੀ ਕੇ ਫਿਰ ਦੇਖਣਾ ਵੀ ਚਲੋ ਫਿਲਮ ਦੇਖਦੇ ਹਾਂ ਸੋ ਉੱਥੇ ਟਾਈਮ ਵਧੀਆ ਨਿਕਲ ਗਿਆ ਮੈਂ ਆਪਣੀ ਵੀ ਗੱਲ ਥੋੜ੍ਹੀ ਇੱਥੇ ਜ਼ਰੂਰ ਸ਼ੇਅਰ ਕਰਨਾ ਚਾਹੂੰਗੀ ਕਿਉਂਕਿ ਜਦੋਂ ਮੈਂ ਇੱਥੇ ਸ਼ਿਫਟ ਹੋਈ ਲਾਈਕ ਮੈਨੂੰ 1.5 ਸਾਲ ਹੋ ਗਿਆ ਮੈਂ ਆਪਾਂ ਬਿਲਡਿੰਗ 'ਚ ਗੱਲ ਕੀਤੀ ਵੀ ਮੈਂ ਇਹ ਵੀਡੀਓ ਬਹੁਤ ਦੇਰ ਬਾਅਦ ਪਾ ਰਹੀ ਹਾਂ ਉਹਦਾ ਰੀਜ਼ਨ ਮੈਂ ਜ਼ਰੂਰ ਡਿਸਕਸ ਕਰਨਾ ਚਾਹੂੰਗੀ ਮੈਂ ਡਿਸਕਸ ਕਰਦਾ ਮੈਨੂੰ ਦੱਸਿਆ ਜਦੋਂ ਅਸੀਂ ਬੈਠੇ ਰਾਤ ਨੂੰ ਮੈਨੂੰ ਕਹਿੰਦੇ ਕਿ ਮੈਨੂੰ ਨਾ ਕਿਸੇ ਨੇ ਇੱਥੇ ਯੂਟਿਊਬ ਦੇ ਨੀਚੇ ਨੈਗੇਟਿਵ ਕਮੈਂਟ ਕਰਤਾ ਇਸ ਕਰਕੇ ਵੀਡੀਓ ਬਣਾਉਣੀ ਛੱਡ ਦਿੱਤੀ ਮੈਂ ਕਿਹਾ ਭੈਣੇ ਅਗਰ ਇਸ ਤਰੀਕੇ ਨਾਲ ਅਸੀਂ ਦੇਖਣ ਲੱਗ ਗਏ ਤਾਂ ਮਿਲਣਾ ਤਾਂ ਫਿਰ ਸਾਰੇ ਦਾ ਕਲਾਕਾਰ ਬੰਦ ਕਰ ਦੇਣਗੇ ਕਿਉਂਕਿ ਇਹੋ ਜਿਹਾ ਕੋਈ ਬੰਦਾ ਹੀ ਨਹੀਂ ਮੈਂ ਇਹਨਾਂ ਨੂੰ ਫਿਰ ਦੱਸਿਆ ਮੈਂ ਕਿਹਾ ਤੁਸੀਂ ਕੋਈ ਸ਼ਬਦ ਲਾ ਲਓ ਯੂਟਿਊਬ 'ਤੇ ਜਾ ਕੇ ਤੁਸੀਂ ਉਹਦੇ ਡਿਸਲਾਈਕਸ ਦੇ ਕੇ ਉਹਦੇ ਵੀ ਡਿਸਲਾਈਕਸ ਮਾਰੇ ਪਏ ਜਾਂਦੇ ਲੋਕਾਂ ਨੇ ਸੋ ਲੋਕਾਂ ਦਾ ਤੁਸੀਂ ਇਹ ਸੋਚ ਕੇ ਕੰਮ ਨਾ ਕਰੋ ਤੁਸੀਂ ਲੋਕਾਂ ਲਈ ਕਰਨਾ ਤੁਸੀਂ ਆਪਣੇ ਵੱਲੋਂ ਇਹ ਕੰਮ ਕਰੋ ਕਿ ਤੁਸੀਂ ਲੋਕਾਂ ਨੂੰ ਕੁਝ ਜਿਨ੍ਹਾਂ ਦੇ ਕੰਮ ਦੀ ਤੁਸੀਂ ਪੋਜ਼ਿਟਿਵ ਹਾਂ ਪੋਜ਼ਿਟਿਵ ਚੀਜ਼ਾਂ ਦੇ ਰਹੇ ਹੋ ਐਂਡ ਕੰਟਰੀਬਿਊਟ ਕਰ ਰਹੇ ਹੋ ਆਪਾਂ ਕੰਟਰੀਬਿਊਟ ਕਰ ਰਹੇ ਤੇ ਜਿਨ੍ਹਾਂ ਨੂੰ ਲੋਕਾਂ ਨੂੰ ਜਿਨ੍ਹਾਂ ਦੇ ਮਤਲਬ ਦੀ ਚੀਜ਼ ਹੋ ਗਈ ਔਰ ਰੱਖ ਲੈਣਗੇ ਜਿਨ੍ਹਾਂ ਨਹੀਂ ਹੈਗੀ ਨਾ ਸੀ ਬਟ ਮੈਨੂੰ ਲੱਗਦਾ ਕਿ ਇਸ ਟਾਈਮ ਹੁਣ ਤਾਂ ਲੋਕਡਾਊਨ ਦੇ ਦੌਰਾਨ ਆਹ ਟਾਈਮ ਦੇ ਵਿੱਚ ਹੋਰ ਵੀ ਲੋਕਾਂ ਕੋਲ ਵੱਧ ਟਾਈਮ ਸੀਗਾ ਜਿਵੇਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਕਿ ਹੁਣ ਤਾਂ ਮੇ ਬੀ ਆਹ ਵੀਡੀਓ 'ਤੇ ਵੀ ਹੋਰ ਆ ਸਕਦੇ ਨੈਗੇਟਿਵ ਕਮੈਂਟ ਬਟ ਤੁਹਾਨੂੰ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਤੋਂ ਨਹੀਂ ਇਹ ਤਾਂ ਮੈਂ ਖੁਦ ਦੱਸਦਾ ਕਿ ਪਹਿਲਾਂ ਮੈਨੂੰ ਬੜੀ ਆਦਤ ਹੁੰਦੀ ਸੀ ਮੈਂ ਬੜੇ ਕਮੈਂਟ ਦੇਖਣੇ ਜਾ ਕੇ ਕਿ ਓਕੇ ਇਹਨੇ ਆਏ ਲਿਖਤਾ ਇਹਨੇ ਮੈਂ ਕਈਆਂ ਨੂੰ ਰਿਪਲਾਈ ਵੀ ਕਰ ਦਿੰਦਾ ਸੀ ਕਿ ਬਾਈ ਤੈਨੂੰ ਕੀ ਪਤਾ ਮੇਰਾ ਮੈਂ ਤੂੰ ਮੈਨੂੰ ਜਾਣਦਾ ਬਟ ਫਿਰ ਮੈਂ ਸੋਚਿਆ ਕਿ ਨਹੀਂ ਵੀ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ ਨੇ ਤੇ ਸਾਡੀ ਜੋਬ ਆ ਇਹ ਜੋਬ ਦੇ ਨਾਲ ਨਾਲ ਇਹ ਚੀਜ਼ਾਂ ਵੀ ਚੱਲਣੀਆਂ ਸੋ ਮੈਂ ਹੁਣ ਇਗਨੋਰ ਕਰ ਦੇਣਾ ਹੁਣ ਮੈਂ ਜ਼ਰਾ ਸੋਚਦਾ ਨਹੀਂ ਕਮੈਂਟਸ ਸੋ ਬੈਟਰ ਆ ਤੁਸੀਂ ਆਪਣਾ ਤੁਹਾਡਾ ਤੁਹਾਡਾ ਇਹ ਪੈਸ਼ਨ ਆ ਐਂਡ ਤੁਹਾਡੀ ਜਿਹੜੀ ਤੁਹਾਡੀ ਜੋਬ ਆ ਤੁਹਾਡਾ ਇਹ ਤਾਂ ਚੀਜ਼ ਹੀ ਬਹੁਤ ਵਧੀਆ ਤੁਸੀਂ ਲੋਕਾਂ ਨੂੰ ਡਾਕਟਰਸ ਹੋ ਗਏ ਹੁਣ ਆਹ ਟਾਈਮ ਦੇ ਵਿੱਚ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਸਭ ਕੁਝ ਬੰਦ ਹੋ ਗਿਆ ਸੀਗਾ ਪਹਿਲੇ ਹਸਪੀਟਲਸ ਖੁੱਲ੍ਹੇ ਸੀ ਸੋ ਡਾਕਟਰਸ ਦਾ ਤਾਂ ਬਹੁਤ ਵੱਡਾ ਰੋਲ ਆ ਆਪਣੀ ਲਾਈਫ ਦੇ ਵਿੱਚ ਤੇ ਹੁਣ ਆਪਾਂ ਜਿਸੀ ਇਹਨਾਂ ਨੂੰ ਤੁਹਾਡਾ ਵਰਕਆਊਟ ਮੇਰਾ ਮੈਂ ਵਰਕਆਊਟ ਅੱਜ ਮੇਰਾ ਸੌਰੀ ਅੱਜ ਅਸੀਂ ਸੰਡੇ ਨੂੰ ਵੀਡੀਓ ਬਣਾ ਰਹੇ ਹਾਂ ਬਹੁਤ ਦਾ ਪਲਾਨ ਅੱਜ ਮੇਰਾ ਚੀਟ ਮੀਲ ਆ ਸੋ ਅੱਜ ਮੇਰਾ ਵੈਸੇ ਚੀਟ ਮੀਲ ਹੀ ਆ ਪਰ ਮੈਂ ਬਣਾਇਆ ਹੋਇਆ ਮੈਂ ਡੇ ਥੋੜਾ ਬਹੁਤ ਬਣਾ ਲੈਣਾ ਮਤਲਬ ਮੈਂ ਬ੍ਰੈਕਫਾਸਟ ਠੀਕ ਕਰ ਲੈਣਾ ਡਿਨਰ ਠੀਕ ਕਰ ਲੈਣਾ ਜਿਹੜਾ ਗੱਪੇ ਵਾਲਾ ਲੰਚ ਆ ਇਹਦੇ ਵਿੱਚ ਮੈਂ ਆਪਣਾ ਪੂਰਾ ਕੋਟਾ ਪੂਰਾ ਕਰ ਲੈਣਾ ਚੀਟ ਦਾ ਸੋ ਬਾਕੀ ਹੁਣ ਤੁਹਾਨੂੰ ਜਾ ਕੇ ਥੱਲੇ ਦਿਖਾਉਣਿਆ ਸੀ ਕਿ ਮੇਰੇ ਕਿ ਮੇਰਾ ਸੈਟਅਪ ਸੀਗਾ ਮੈਂ ਕਿਵੇਂ ਰਹਿੰਦਾ ਸੀਗਾ ਉੱਥੇ ਅਤੇ ਕਿਵੇਂ ਮੈਨੂੰ ਉੱਪਰੋਂ ਰੋਟੀ ਫੜਾ ਦਿੰਦੇ ਸੀਗੇ ਅਤੇ ਮੈਂ ਚੈੱਕ ਕਰ ਲੈਂਦਾ ਸੀਗਾ ਸੋ ਇਹ ਆ ਇਹ ਸੀ ਜਿੱਥੇ ਮੈਂ ਕੁਆਰੰਟੀਨ 'ਤੇ ਸੀ ਇਹ ਮੇਰੀ ਬੇਸਮੈਂਟ ਤੁਸੀਂ ਹੁਣ ਦੇਖ ਸਕਦੇ ਹੋ ਬਹੁਤ ਸਾਰਾ ਸਮਾਨ ਗਲਵਸ ਸੈਨੀਟਾਈਜ਼ਰ ਵਾਈਪਸ ਸਾਰੇ ਪਾਣੀ ਦੀ ਬੋਟਲ ਮੇਰੇ ਵਾਸਤੇ ਪਹਿਲਾਂ ਰੱਖਤੀ ਸੀ ਭਰ ਕੇ ਇਹਨਾਂ ਨੇ ਕਿ ਹਾਂ ਥੱਲੇ ਪਾਣੀ ਪੂਣੀ ਦੇ ਪ੍ਰਬੰਧ ਕਰਤੇ ਸਾਰਾ ਅਤੇ ਹੁਣ ਇਹ ਤੁਸੀਂ ਚੱਕਣਾ ਪੈਂਦਾ ਹੁਣ ਬੱਚਿਆਂ ਨੂੰ ਖੇਡਣ ਲਈ ਬਣਾਇਆ ਮੈਂ ਇੱਥੇ ਮੇਰਾ ਗੱਦਾ ਲੱਗਿਆ ਹੁੰਦਾ ਸੀਗਾ ਅਤੇ ਉਹ ਵਿੰਡੋ 'ਚ ਹਾਏ ਹੈਲੋ ਮੇਰੀ ਹੁੰਦੀ ਹੁੰਦੀ ਸੀਗੀ ਰੀਸ ਦੇ ਨਾਲ ਜਾਂ ਘਰਦਿਆਂ ਦੇ ਨਾਲ ਅਤੇ ਟੀ ਵੀ 'ਤੇ ਆਪਾਂ ਪੂਰੀ ਨੈਟਫਲਿਕਸ ਦੇਖੀ ਸੀਰੀਜ਼ ਇੱਕ ਦੋ ਖਤਮ ਕੀਤੀਆਂ ਅਤੇ ਪਤਾ ਲੋਕ ਮੈਂ ਇੱਥੇ ਆ ਕੇ ਦੇਖੀ ਇਹ ਰਿਹਾ ਮੇਰਾ ਜਿਮ ਜਿਹੜਾ ਕਿ ਹੁਣ ਵੀ ਮੇਰੇ ਵਧੀਆ ਕੰਮ ਆ ਰਿਹਾ ਐਂਡ ਇਹ ਸ਼ੀਸ਼ਾ ਅੰਦਰ ਭਾਈ ਕਿ ਆ ਕੇ ਮੈਂ ਮੂਹਰੇ ਰੱਖ ਲਿਆ ਬਟ ਇਹ ਪ੍ਰੋਪਰ ਮੈਂ ਤਿਆਰੀ ਕੀਤੀ ਸੀ ਆਪਣੀ ਜਿਮ ਦੀ ਸੋ ਦੈਟ ਮੇਰਾ ਵਰਕਆਊਟ ਮਿਸ ਨਾ ਹੋਵੇ ਅਤੇ ਮੈਂ ਮੇਰਾ ਜਿਹੜਾ ਮਾਇੰਡ ਆ ਜਿਵੇਂ ਕਿ ਲੋਕ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਸੋ ਮੈਂ ਨਹੀਂ ਚਾਹੁੰਦਾ ਸੀਗਾ ਕਿ ਮੈਂ ਮੇਰੇ ਕੋਲ ਕਰਨ ਨੂੰ ਨਾ ਹੋਵੇ ਕੁਛ ਸੋ ਮੈਂ ਫਿਰ ਜਿਮ ਦਾ ਸੈਟਅਪ ਕੀਤਾ ਸੀ ਆ ਸਾਰੀ ਬਾਏ ਕੀਤਾ ਜਿੰਨਾ ਕੁ ਡੰਬਲ ਸਾਨੂੰ ਆ 2 ਡੰਬਲ ਮਿਲੇ ਜਿੰਨਾ ਕੁ ਵੇਟ ਸਾਡੇ ਤੋਂ ਇਕੱਠਾ ਹੋ ਸਕਿਆ ਅਤੇ ਔਨਲਾਈਨ ਫੇਸਬੁੱਕ ਤੋਂ ਅਸੀਂ ਇਕੱਠਾ ਕੀਤਾ ਅਤੇ ਹੁਣ ਤਾਂ ਵੈਸੇ ਜਿਮਸ ਖੋਲ੍ਹੀਆਂ ਨੇ ਬਟ ਫਿਰ ਵੀ ਮੈਨੂੰ ਲੱਗਦਾ ਘਰ ਜ਼ਿਆਦਾ ਸੇਫ ਤੋ ਮੈਂ ਮੇਰਾ ਆਪਣੇ ਵੱਲੋਂ ਆਹ ਨਾਲ ਛੋਟਾ ਸੈਟਅਪ ਤੋਂ ਆਹੀ ਆਹ 2 ਕਮਰਿਆਂ 'ਚ ਮੇਰੀ 14 ਦਿਨਾਂ ਦੀ ਲਾਈਫ ਸੀ ਇੱਥੋਂ ਨਿਕਲਣਾ ਸੀ ਇੱਥੇ ਆ ਕੇ ਵਰਕਆਊਟ ਕਰਦੇ ਉੱਥੇ ਗੱਦਰੇ ਸੌਂ ਜਾਂਦਾ ਸੀ
हर दिन शुरू होवे तेरे तू तेनू बस दूर ना करे चाहे सब खोले मेरे तू बाकी सारे रंग फिके फिके लग दे तेनू जो पसंद सो थैंक यू सो मच सबसक्राइब करो तुसी अनुदीप दा यूट्यूब चैनल ते होर भी बहुत सारियां हेल्थ दी टिप्स थोड़ी डाइट दे लई इस तो पहला भी दीदी शेयर करदे रहे ने सो ਤੁਸੀਂ ਹੋਰ ਵੀ ਬਾਕੀ ਤੁਸੀਂ ਦੱਸ ਸਕਦੇ ਹੋ ਮੈਨੂੰ ਕੀ ਚੱਲ ਰਿਹਾ ਹੈ ਵੀ ਆਰ ਰੀਸਟਾਰਟਿੰਗ ਆਰ ਚੈਨਲ ਲਾਈਕ ਜਿਵੇਂ ਮੈਂ ਦੱਸਿਆ 1.5 ਸਾਲ ਬਾਅਦ ਮੈਂ ਵੀਡੀਓ ਪੋਸਟ ਕਰ ਰਹੀ ਹਾਂ ਤਾਂ ਇਹ ਜਸਟ ਇੰਟਰੋਡਕਟਰੀ ਵੀਡੀਓ ਸੀ ਅ ਕਾਈਂਡ ਆਫ ਤਾਂ ਜਿਹਦੇ ਵਿੱਚ ਅਸੀਂ ਆਪਣੀ ਗੱਲਾਂ ਸ਼ੇਅਰ ਕੀਤੀਆਂ ਕੁਛ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਤਾਂ ਇਸ ਤੋਂ ਬਾਅਦ ਆਬਵੀਅਸਲੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਹੋਮ ਰੈਮਡੀਜ਼ ਵਗੈਰਾ ਜਾਂ ਜਿਹੜੀਆਂ ਯੂ ਨੋ ਆਪਾਂ ਕਿਸੇ ਵੀ ਡਿਜ਼ੀਜ਼ ਬਾਰੇ ਪਾਰਟਿਕੂਲਰ ਡਿਜ਼ੀਜ਼ ਜਾਂ ਵੈਸੇ ਵੀ ਆਪਾਂ ਹੈਲਥ ਟਿਪਸ ਇਸ ਤੋਂ ਬਾਅਦ ਮੈਂ ਕੰਟੀਨਿਊਸਲੀ ਆਈ ਵਿਲ ਟਰਾਈ ਕਿ ਆਪਾਂ ਪੋਸਟ ਕਰਦੇ ਰਹੀਏ So thank you so much. Thank you. Channel subscribe kar lo te navi navi updates te navi navi videos dekhte rahiye. Thank you.